Hello everyone, sat sri akal saryan nu and welcome back again to our YouTube channel Just Ash. And guys, aaj phir assi kithe ja rahe ha? Aaj ghummi ghummi ho rahi ha. Yes, ghummi ghummi ni, eh vi ek like assi apne kam layi ja rahe ha. Mera hega ya makeup shoot. ਤੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਸ਼ੂਟ ਦੀ ਵੀਡੀਓ ਦੇਖੀ ਹੋਣੀ ਆ, ਲਾਸਟ ਟਾਈਮ ਵੀ ਮੇਰਾ ਮੇਕਅਪ ਸ਼ੂਟ ਹੋਇਆ ਸੀ ਤੇ ਉਵੇਂ ਆ ਇਸ ਵਾਰ ਵੀ ਡਰੈਸ ਜਿਊਲਰੀ ਮੇਕਅਪ ਸਭ ਕੁਝ ਸਪੌਂਸਰਡ ਆ ਤੇ ਉਹ ਹਜੇ ਮੈਨੂੰ ਵੀ ਨਹੀਂ ਪਤਾ ਕਿ ਕਿਹੜੇ ਕਿਹੜੇ ਪੇਜ ਵੱਲੋਂ ਕੀ ਸਪੌਂਸਰਡ ਆ ਤੇ ਮੈਂ ਵੀ ਹਜੇ ਡਰੈਸ ਵੀ ਵੇਖਣੀ ਆ ਜਿਊਲਰੀ ਵੀ ਦੇਖਣੀ ਆ ਤੇ ਮੇਕਅਪ ਆਰਟਿਸਟ ਐਂਡ ਕੈਮਰਾਮੈਨ ਨੂੰ ਵੀ ਮੈਂ ਫਸਟ ਟਾਈਮ ਮਿਲ ਰਹੀ ਹਾਂ ਸੋ ਅਸੀਂ ਹੁਣ ਜਾ ਰਹੇ ਹਾਂ ਰਿਜੈਂਟਾ ਕਿਉਂਕਿ ਆਲਰੇਡੀ ਲੇਟ ਬਹੁਤ ਹੋ ਗਏ ਆ ਸੋ ਅਸੀਂ ਹਰ ਜਗ੍ਹਾ ਲੇਟ ਜਾਂਦੇ ਆ ਤੁਹਾਨੂੰ ਹਰ ਵਲੌਗ ਦੇ ਵਿੱਚ ਇਹ ਲਾਈਨ ਜ਼ਰੂਰ ਸੁਣਨ ਨੂੰ ਮਿਲਦੀ ਹੈ ਕੱਲ ਵੀ ਲੇਟ ਹੋ ਗਏ ਸੀ ਇਸੇ ਲਾਈਨ ਵਾਰੀ ਅੱਜ ਵੀ ਲੇਟ ਹੋ ਗਏ ਆ ਅਸੀਂ ਹਰ ਜਗ੍ਹਾ ਲੇਟ ਹੀ ਜਾਂਦੇ ਤੁਹਾਨੂੰ ਹਰ ਵਲੌਗ ਜੇ ਡਾਇਲੌਗ ਜ਼ਰੂਰ ਸੁਣਨ ਨੂੰ ਮਿਲੇਗਾ ਅਸੀਂ ਲੇਟ ਹੋ ਗਏ ਆ ਆਲਰੇਡੀ ਤੇ ਅਸੀਂ ਹੁਣ ਜਾ ਰਹੇ ਆ ਤੇ ਅਸੀਂ ਜਾ ਰਹੇ ਆ ਗਾਇਸ ਰਿਜੈਂਟਾ ਸੈਂਟਰਲ ਜਿਹੜੇ ਰਿਜੈਂਟਾ ਚ ਅਸੀਂ ਜਸ ਦੇ ਬਰਥ ਤੇ ਗਏ ਸੀ ਉਹ ਨਹੀਂ ਆ ਇਹਦੀ ਨਿਊ ਬ੍ਰਾਂਚ ਓਪਨ ਹੋਈ ਆ ਅੰਮ੍ਰਿਤਸਰ 에어ਪੋਰਟ ਰੋਡ ਤੇ ਉੱਥੇ ਜਾ ਰਹੇ ਆ ਉੱਥੇ ਹੀ ਸ਼ੂਟ ਆ ਉੱਥੇ ਹੀ ਸਾਰਾ ਕੁਝ ਹੋਗਾ ਲਾਈਕ ਮੇਕਅਪ ਐਂਡ ਆਲ ਸਭ ਕੁਝ ਉੱਥੇ ਹੋਏਗਾ ਸੋ ਪਹਿਲਾਂ ਅਸੀਂ ਚੱਲਦੇ ਆ ਤੇ ਮਿਲਵਾਉਂਦੇ ਆ ਤੁਹਾਨੂੰ ਵੀ ਸਾਰਿਆਂ ਨਾਲ ਕਿਉਂਕਿ ਮੈਂ ਤੇ ਖੁਦ ਜੇ ਮਿਲਣਾ ਸਾਰਿਆਂ ਨੂੰ ਕਿ ਜੋ ਵੀ ਕੈਮਰਾਮੈਨ ਆ ਜਾਂ ਮੇਕਅਪ ਆਰਟਿਸਟ ਆ ਮੈਨੂੰ ਵੀ ਅਜੇ ਕਿਸੇ ਦਾ ਪਤਾ ਨਹੀਂਗਾ ਪਰ ਚਲੋ ਅਸੀਂ ਚੱਲ ਕੇ ਮਿਲਦੇ ਆ ਤੇ ਤੁਹਾਨੂੰ ਫਿਰ ਦਿਖਾਵਾਂਗੇ ਕਿ ਕਿੱਦਾਂ ਦਾ ਮੇਕਅਪ ਹੁੰਦਾ ਤੇ ਕਿਵੇਂ ਦੀ ਲੁੱਕ ਕ੍ਰੀਏਟ ਹੁੰਦੀ ਆ ਤੇ ਜਸੂ ਜੀ ਨਾਲ ਨੂੰ ਐਂਡ ਐਂਡ ਤੇ ਜ਼ਰੂਰ ਤੱਕ ਦੇਖਿਓ ਕਿੰਨਵਾ ਫਲੋਰ ਹੈ ਥਰਡ ਓਏ ਹੋਏ ਨਾ ਸੋਹਣਾ ਲੱਗ ਰਿਹਾ ਨਾਈਸ ਨਿਊ ਹੀ ਬਣਿਆ ਅਜੇ ਕੀ ਬਣਿਆ ਨਿਊ ਬਣਿਆ ਹੈ ਹੋਟਲ ਅਜੇ ਅੱਛਾ ਨਿਊ ਬਣਿਆ ਹੋਟਲ ਦੀ ਅੱਛਾ ਮੈਂ ਕਿਹਾ ਮੇਰੀ ਤਾਰੀਫ ਹੋ ਰਹੀ ਹੈ ਮੈਂ ਕਿਹਾ ਮੈਂ ਸੋਹਣਾ ਲੱਗ ਰਿਹਾ ਤੂੰ ਕਹਿੰਦਾ ਨਿਊ ਹੀ ਬਣਿਆ ਮੈਂ ਕਿਹਾ ਸ਼ਾਇਦ ਅੱਜ ਮੈਂ ਨਿਊ ਕੁਝ ਲੱਗ ਰਿਹਾ ਨਹੀਂ ਨਹੀਂ ਕਹਿੰਦੀ ਨਹੀਂ ਸੋਹਣੇ ਹੋ ਨਾ ਨਾ ਇਹ ਤਾਂ ਉਹਦੇ ਦਿਲ ਰੱਖ ਰਹੇ ਹੋ ਨਾ ਗਲਤ ਗੱਲ ਹੈ ਗਲਤ ਗੱਲ ਹੈ ਚਲੋ बोनीता खन्ना इंस्टाग्राम पेज तो बहुत ही ज्यादा नाइस लग रही है ਤੇ ਹਜੇ ਆਪਾਂ ਵੇਅਰ ਕਰਕੇ ਮੇਕਅਪ ਹੋਏਗਾ ਤਾਂ ਹਜੇ ਤੁਸੀਂ ਮੇਰੀ ਲੁੱਕ ਦੇਖ ਸਕਦੇ ਹੋ ਟੋਟਲੀ ਵਿਦਆਊਟ ਮੇਕਅਪ ਤਾਂ ਅੱਛੀ ਨਹੀਂ ਲੱਗ ਰਹੀ ਬਟ ਚੇਂਜ ਹੋਏਗਾ ਐਂਡ ਅਸੀਂ ਤੁਹਾਨੂੰ ਆਫਟਰ ਮੇਕਅਪ ਲੁੱਕ ਦਿਖਾਵਾਂਗੇ ਜੋ ਸੋਹਣੀ ਸੋਹਣੀ ਕ੍ਰੀਏਟ ਹੋਏਗੀ ਤੇ ਇਹ ਨੇ ਅਰੂ ਤੇ ਆਹ ਨੇ ਸਾਡੇ ਮੇਕਅਪ ਆਰਟਿਸਟ ਮੇਕਅਪ ਬਾਈ ਸਵਲੀਨ ਇਹਨਾਂ ਦਾ ਇੰਸਟਾਗ੍ਰਾਮ ਪੇਜ ਆ ਤੇ ਇਹ ਕਰਨਗੇ ਅੱਜ ਦੀ ਸੋਹਣੀ ਸੋਹਣੀ ਲੁੱਕ ਕ੍ਰੀਏਟ ਤੇ ਉਹ ਭਾਜੀ ਨੇ ਜਿਨ੍ਹਾਂ ਨੇ ਅੱਜ ਦੀ ਫੋਟੋਗ੍ਰਾਫੀ ਕਰਨੀ ਹੈ ਹਰਮਨ ਹੈਰੀ ਪ੍ਰੋਡਕਸ਼ਨਸ ਇੱਥੇ ਆ ਕੇ ਥੈਂਕ ਯੂ ਜੀ ਅੱਜ ਕਰਾਂਗੇ ਆਪਾਂ ਫੋਟੋਗ੍ਰਾਫੀ ਅਰਸ਼ਵੀ ਮੈਮ ਦੇ ਨਾਲ ਤੇ ਇਹ ਸੁਨੀਲ ਕੋਰ ਮੈਮ ਨੇ ਮੇਕਅਪ ਆਰਟਿਸਟ ਨੇ ਸੋ ਅੱਜ ਬਹੁਤ ਵਧੀਆ ਮਾਹੌਲ ਬਣਿਆ ਸੋ ਕੁਛ ਨਾ ਕੁਛ ਵਧੀਆ ਕਰਾਂਗੇ ਅੱਜ ਆਪਾਂ ਐਂਡ ਜਿਹੜੀ ਜਿਊਲਰੀ ਆ ਉਹ ਹਜੇ ਤੁਹਾਨੂੰ ਦਿਖਾਈ ਨਹੀਂ ਆ ਬਟ ਉਹ ਹੈਗੀ ਆ ਐਸਕੇ ਜਿਊਲਰਸ ਵੱਲੋਂ ਉਹ ਵੀ ਤੁਹਾਨੂੰ ਦਿਖਾਉਂਦੇ ਆ ਓਰੀਜਨਲ ਹੈ ਨਾ ਓਰੀਜਨਲ ਡਾਇਮੰਡ ਜਿਊਲਰੀ ਆ ਤੇ ਅਸੀਂ ਤੁਹਾਨੂੰ ਹੌਲੀ ਹੌਲੀ ਕਰਕੇ ਸਭ ਕੁਝ ਦਿਖਾਣੇ ਆ ਤੇ ਅਗੇਨ ਪੇਜਸ ਨੀਚੇ ਤੁਹਾਨੂੰ ਮੈਂਸ਼ਨ ਕਰ ਦਾਂਗੇ ਤੇ ਵਲੌਗ ਨੂੰ ਐਂਡ ਤੱਕ ਦੇਖਿਓ ਫॉर ਮਾਈ ਹੋਲ ਮੇਕਅਪ ਲੁੱਕ ਫੇਸ ਡਿਸਟ ਸਿੱਧਾ ਰੱਖਿਓ ਫੇਸ ਕਰ ਦੇ ਦੇ ਨੂੰ ਸਪੋਰਟ ਕਰ
मजाक करना ही बने लग जू टाइम है जेना छोटी जी कुड़ी होंगी ना जिन्हें गुत्ता की थी नहीं दो भुख पाई फेस दिखा दो गुत्ता हुई ना उत्ते रेडी हो गए हो सो गाइस बहुत सोने लग रहे हो नजर ना लगे टिक्का ला लो गाइस मतलब बहुत ही ज्यादा हैवी ड्रेस है लाइक ये मेनू 60-70 किलो दी लग रही है मतलब बहुत ज्यादा हैवी है मैं बहना ना ये इधर ही इतने ही है मतलब बहुत हैवी है ते ब्यूटीफुल जी जेडी ड्रेस है मैं पूरी आज मेरी रिसेप्शन लुक क्रिएट हुई है मतलब जी मेरी रिसेप्शन लुक होंगी है क्या गाइस सोना सोना वाला जो मेकअप है यह है मेकअप है सवलीन कौर तो आ जी ज्वेलरी है ये भी गाइस ओरिजिनल 100% प्योर ओरिजिनल डायमंड ज्वेलरी है तो मैं जस अगे कह रही लैके भर दें नहीं आ बहुत सोहनी लाइक प्रोपर ओरिजिनल डायमंड ज्वेलरी है तो यह हैगी एस के ज्वेलर्स वालों तुम कोई भी डायमंड की ज्वेलरी बनवानी है तो तुम उन्हों का पेज चेकआउट कर सकते हो जी ड्रैस है ये हैगी बोनीता खन्ना वालों तो पेजिज मैं मैनशन कर दूँगी तो मोस्ट इंपॉर्टेंट जी फोटोग्राफी एंड वीडियोग्राफी हो रही है हरमन हैरी प्रोडक्शन वालों ये सारे इंस्टाग्राम पेजिज है सारे वालों ज्वेलरी ड्रैस एवरीथिंग स्पोंसर्ड है तो वो मैं पेजिज मैनशन कर देवगी तो तुम सारे कमेंट करके दस्यो तो मेरी आ लुक कि लगी तो बहुत ज़्यादा मैनू भी मतलब ज्वेलरी रिंग्स
ਤੇ ਆ ਸਭ ਕੁਝ ਐਸਕੇ ਜੁਐਲਰਸ ਵੱਲੋਂ ਹੀ ਆ ਤੇ ਬਾਕੀ ਗਾਇਜ਼ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਮੇਰੀ ਲੁੱਕ ਕਿਵੇਂ ਦੀ ਲੱਗੀ ਹੁਣ ਆਪਾਂ ਇਹ ਸ਼ੂਟ ਕਰ ਲਈਏ ਕੰਪਲੀਟ ਫਿਰ ਚਲੋ ਹੁਣ ਆਪਾਂ ਸ਼ੂਟ ਕੰਪਲੀਟ ਕਰਕੇ ਫਿਰ ਤੁਹਾਨੂੰ ਮਿਲਦੇ ਆ ਲਓ ਜੀ ਸ਼ੂਟ ਸਟਾਰਟ ਹੋ ਗਿਆ ਆਪਣਾ ਆਈ ਐਮ ਰੈਡੀ ਨਾਓ ਭਾਜੀ ਹੁਣੇ ਲੱਗ ਗਏ ਕੰਮ ਤੇ बैठा गया बैठा मैं खुद थले छोड़ लेना चलिए फिर थैंक यू जी वेलकम जी कितना लगा था बहुत अच्छा वेरी थैंक यू सो मच टू मीट यू थैंक यू सो मच ਇਹਨਾਂ ਦੇ ਲਾਈਕ ਮੇਕਅਪ ਦੇ ਨਾਲ ਨਾਲ ਇਹਨਾਂ ਸਾਰਿਆਂ ਦਾ ਨੇਚਰ ਵੀ ਬਹੁਤ ਜ਼ਿਆਦਾ ਵਧੀਆ ਬਹੁਤ ਹਸਾਇਆ ਇਹਨਾਂ ਨੇ ਆ ਗਏ ਜੀ ਇਹਨਾਂ ਦਾ ਵੀ ਨੰਬਰ ਸੈਂਡ ਕਰ ਦਿਓ ਹਾਂ ਜੀ ਆ ਗਏ ਓਕੇ ਜੀ ਓਕੇ ਓਕੇ ਭਾਜੀ ਥੈਂਕ ਯੂ ਜੀ ਮਿਲਦੇ ਹਾਂ ਫਿਰ ਆਪਾਂ ਜੀ ਓਕੇ ਵੀ ਜੀ चलिए बाकी चलो गाइस हूँ अपना हो गया शूट डन हूँ आप चलने घर बाकी तुम मिलने अभी बार बहुत कर दूंगा ध्यान चलिए फिर घर मज़ा बहुत आया पर आप थक भी उन्ना ही ज़्यादा गए हैं बाकी हूँ तू आप मिलते हैं अगे देखते हैं की करना आप सो गाइस शूट हो गया अर्श का डन मेकअप भी डन तुसी सारा देख ही लिया व्लॉग दे विच आपां सारा कुछ दिखाया आ बाकी हुण आपां गड्डी च ते बैठ गए हुण सोच रहे हैं की करिए भुख भी लगी है ते थक भी गए हैं हुण आपां सोचते पए हैं कुछ खा के जाइए या सीधा घर चलीए टाइम वैसे 6 बज गए ने 6 बजे ते वैसे लॉकडाउन लग जांदा वैसे ऑलरेडी सारा कुछ बंद हो गया होना बट आपां ट्राई कर दे अगर किते टेक वे हो गए तो गाइस देखो मेरा सोनू सोनू वाला पर्स कितना सोना है कि गाइस मेनू आया सी तरह के हाथ वालों इंस्टाग्राम वालों बहुत क्यूट क्यूट बहुत सोना है ना उते नाम में लिखा मेरा जहाज बने होते जहाज लव लिखा बैठ के कोमी करके हो आई मैं मैचिंग करके लेके आया बाकी चलो देखते हैं अगर जे तो कुछ मिले रस्ते च तो आप कुछ खा पी के जावे अगर नहीं मिले तो फिर सीधा घर जावे फिर तुम दस दे कि करना मिलते हैं दो मिनट प्लीज सो गाइज असी आ गए हूँ घर तो बहुत ही ज्यादा थकान हो चुकी है तुसी मेरे फेस तो देख सकते हो तो बहुत ज़्यादा टायर्ड फील कर रही है ज़्यादा हैवी लहंगे नू पाउण तो बाद एंड इन्ना ज़्यादा शूट बहुत ही ज़्यादा पता नहीं किन्ने ज़्यादा केजीज़ च लहंगा सी ते ज्यूलरी ते ऑसम सी किन्नी एक्सपेंसिव डायमंड ज्यूलरी मैं वेयर कीती सी आई मैं लखां वाली हीरोइन बनी हुई सी ते बाकी बहुत वधिया लगे खाण नू सानू कुछ नहीं मिलिया बिकॉज लॉकडाउन हो चुका सी ते असी रस्ते जांदे आ मम्मा वल रुक गए सी उत्थों खाणा खा के आए हाँ ते हुण बस चेंज करके मेकअप रिमूव करके ते एक बाथ लैके बस सोन दी करनी है हुण तुहानू मिलांगे नैक्सट वलॉग च होर वधिया कंटेंट दे नाल
ਤੇ ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ, ਮੇਕਅਪ, ਜਿਊਲਰੀ, ਕੋਸਟਿਊਮ ਸਭ ਕੁਛ ਵਧੀਆ ਲੱਗਾ ਹੋਊਗਾ। ਤੇ ਜਲਦੀ ਤੋਂ ਜਲਦੀ ਅਸੀਂ ਇਹਦੀਆਂ ਪਿਕਸ ਇੰਸਟਾਗ੍ਰਾਮ 'ਤੇ ਪੋਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਜਿੰਨੇ ਵੀ ਪੇਜਿਸ ਮੈਨਸ਼ਨ ਕੀਤੇ ਆ ਉਹਨਾਂ ਦੇ ਪੇਜਿਸ 'ਤੇ ਵੀ, ਮੇਰੇ ਪੇਜ 'ਤੇ ਵੀ ਤੁਹਾਨੂੰ ਪਿਕਸ ਐਂਡ ਵੀਡੀਓਜ਼, ਰੀਲਸ ਸਭ ਕੁਛ ਦੇਖਣ ਨੂੰ ਮਿਲੇਗਾ। ਅਤੇ ਜੇ ਹਜੇ ਤੱਕ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ ਤਾਂ ਕਰ ਲਿਓ। ਆਈ ਡੀ ਮੈਂ ਸਕਰੀਨ 'ਤੇ ਦੇ ਦੂੰਗੀ, ash.5277। ਅਤੇ ਗਾਈਜ਼ ਹੁਣ ਮਿਲਾਂਗੇ ਨੈਕਸਟ ਵਲੌਗ 'ਚ। ਇਟਸ ਰੈਸਟ ਟਾਈਮ ਨਾਓ। ਅਤੇ ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਬਾਕੀ ਮਿਲਾਂਗੇ ਨੈਕਸਟ ਵਲੌਗ 'ਚ। ਲਵ ਯੂ ਆਲ।